proper way youtube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੈਰੀਟੋਰੀਅਸ ਜਿਹੜੇ ਸਕੂਲ ਹੈਗੇ ਨੇ ਉਹਨਾਂ ਚ ਐਡਮਿਸ਼ਨ ਲੈਣ ਲਈ ਅਪਲਾਈ ਕਿਵੇਂ ਕਰਨਾ ਹੈ ਸੈਸ਼ਨ 2022-23 ਦੇ ਲਈ ਜਿਹੜੇ ਐਡਮਿਸ਼ਨ ਹੋਣੇ ਨੇ ਉਹਨਾਂ ਦੇ ਲਈ ਅਪਲਾਈ ਕਰਨ ਦਾ ਤਰੀਕਾ ਕੀ ਹੈ ਇਸ ਵੀਡੀਓ ਨੂੰ ਲਾਸਟ ਤੱਕ ਜੇਕਰ ਤੁਸੀਂ ਦੇਖ ਲੋਗੇ ਤਾਂ ਬਿਲਕੁਲ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ ਚਲੋ ਸ਼ੁਰੂ ਕਰਦੇ ਆ ਬ੍ਰਾਊਜ਼ਰ ਖੋਲ ਕੇ ਉਹਦੇ ਵਿੱਚ Google 'ਚ SSA ਪੰਜਾਬ ਟਾਈਪ ਕਰੋ ਤੇ ਸਰਚ ਕਰੋ SSA ਪੰਜਾਬ ਦੀ ਸਾਈਟ ਖੋਲਣ ਲਈ ਪਹਿਲੇ ਹੀ ਲਿੰਕ ਤੇ ਕਲਿੱਕ ਕਰੋ ਤਾਂ ਇਹ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਦੀ ਸਾਈਟ ਖੁੱਲ ਗਈ ਜੀ ਇਹਦੇ ਵਿੱਚ ਇਸ ਜਗ੍ਹਾ ਤੇ ਐਡਮਿਸ਼ਨ ਇਨ ਮੈਰਿਟਰੀਅਰ ਸਕੂਲਸ ਇੱਥੇ ਕਲਿੱਕ ਕਰਨਾ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਰਜਿਸਟ੍ਰੇਸ਼ਨ ਕਰਨਾ ਪਵੇਗਾ ਇਸ ਪੇਜ ਦੇ ਵਿੱਚ ਦੇਖੋ ਰਜਿਸਟ੍ਰੇਸ਼ਨ ਦੇ ਆ ਲਿੰਕ ਨੇ ਰਜਿਸਟ੍ਰੇਸ਼ਨ ਫਾਰ 9th ਕਲਾਸ ਰਜਿਸਟ੍ਰੇਸ਼ਨ ਫਾਰ ਕਲਾਸ 11th ਐਂਡ 12th ਇਹ ਨੋਨ ਬੋਰਡ ਜਿਹੜੇ ਪੀਐਸਸੀ ਵੀ ਨੋਨ ਪੀਐਸਸੀ ਬੋਰਡ ਦੇ ਸਟੂਡੈਂਟ ਨੇ ਇਹ ਰਜਿਸਟ੍ਰੇਸ਼ਨ ਹੈਗੀ ਹੈ ਜਿਹੜੇ ਪੀਐਸਸੀ ਵੀ ਯਾਨੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਸਟੂਡੈਂਟ ਨੇ ਉਹ ਇਹ ਲਿੰਕ ਉਹਨਾਂ ਬੱਚਿਆਂ ਵਾਸਤੇ ਹੈ ਤੇ ਇਹ ਲਿੰਕ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਟੂਡੈਂਟ ਨਹੀਂ ਹੈਗੇ ਤਾਂ ਆਪਾਂ ਸਿੱਖਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਕੋਈ ਬੱਚਾ ਹੈਗਾ ਉਹ ਕਿਵੇਂ ਰਜਿਸਟ੍ਰੇਸ਼ਨ ਆਪਣੀ ਕਰ ਸਕਦਾ ਹੈ ਇਸੇ ਤਰੀਕੇ ਨਾਲ ਨੋਨ ਬੋਰਡ ਨੋਨ ਪੰਜਾਬ ਸਕੂਲ এডੂਕੇਸ਼ਨ ਬੋਰਡ ਵਾਲਾ ਵੀ ਕਰ ਸਕਦਾ ਹੈ ਤਾਂ ਇਸ ਲਿੰਕ ਤੇ ਕਲਿੱਕ ਕਰੋ ਰਜਿਸਟ੍ਰੇਸ਼ਨ ਫਾਰ ਕਲਾਸ 11th ਐਂਡ 12th ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਟਾਈਪ ਕਰੋਗੇ ਤੇ ਵੈਰੀਫਾਈ ਜਦੋਂ ਤੁਸੀਂ ਵੈਰੀਫਾਈ ਤੇ ਕਲਿੱਕ ਕਰਿਆ ਤਾਂ ਥੋੜੀ ਪ੍ਰੋਸੈਸਿੰਗ ਦੇ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਆ ਜਾਏਗਾ ਜੀ ਇਹ ਤੁਹਾਡੀ ਡਿਟੇਲ ਆ ਗਈ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਹੈ ਕੋਈ ਵੀ ਮੋਬਾਈਲ ਨੰਬਰ ਜਦੋਂ ਤੁਸੀਂ ਭਰੋਗੇ ਤਾਂ ਫਿਰ ਵੈਰੀਫਾਈ ਮੋਬਾਈਲ ਨੰਬਰ ਕਰਨਾ ਹੈ ਜਦੋਂ ਵੈਰੀਫਾਈ ਮੋਬਾਈਲ ਨੰਬਰ ਤੇ ਕਰੋਗੇ ਤਾਂ ਤੁਹਾਡੇ ਜਿਹੜਾ ਨੰਬਰ ਇੱਥੇ ਭਰੋਗੇ ਉਹ ਤੇ OTP ਆਵੇਗਾ ਉਹ OTP ਵੈਰੀਫਾਈ ਕਰਨ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਰਜਿਸਟ੍ਰੇਸ਼ਨ ਮੋਬਾਈਲ ਨੰਬਰ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਹੋ ਜਾਏਗੀ ਉਸ ਤੋਂ ਬਾਅਦ ਨੈਕਸਟ ਤੁਹਾਡੇ ਤੋਂ ਪੁੱਛੇਗਾ ਆਪਣਾ ਯੂਡਾਈਸ ਕੋਡ ਤੁਹਾਡੇ ਸਕੂਲ ਦਾ ਤਾਂ ਉਹ ਤਰੀਕਾ ਆਪਾਂ ਦੇਖਦੇ ਹਾਂ ਇੱਥੇ ਮੋਬਾਈਲ ਨੰਬਰ ਭਰਦੇ ਹਾਂ ਮੋਬਾਈਲ ਨੰਬਰ ਭਰ ਕੇ ਵੈਰੀਫਾਈ ਮੋਬਾਈਲ ਨੰਬਰ ਤੇ ਕਲਿੱਕ ਕਰੋ ਜਿਹੜਾ ਕੋਡ ਆਇਆ ਹੈ ਵੈਰੀਫਿਕੇਸ਼ਨ ਕੋਡ ਆ ਗਿਆ ਉਹ ਇੱਥੇ ਐਂਟਰ ਕਰੋ ਫਿਰ ਉਸ ਤੋਂ ਬਾਅਦ ਐਂਟਰ ਦਬਾ ਦਿਓ ਚਲੋ ਇਹ ਐਂਟਰ ਕਰਦੇ ਹਾਂ ਮੋਬਾਈਲ ਨੰਬਰ ਵੈਰੀਫਾਈ ਹੋਣ ਤੋਂ ਬਾਅਦ ਤੁਹਾਡੇ ਕੋਲ ਇਹ ਸਕਰੀਨ ਆ ਜੇਗੀ ਇੱਥੇ ਤੁਸੀਂ ਆਪਣੇ ਸਕੂਲ ਦਾ ਯੂਡਾਈਸ ਕੋਡ ਭਰੋ ਜਦੋਂ ਤੁਸੀਂ ਯੂਡਾਈਸ ਕੋਡ ਭਰ ਕੇ ਵੈਰੀਫਾਈ ਕਰੋਗੇ ਤਾਂ ਤੁਹਾਡਾ ਇਹ ਡਾਟਾ ਮੈਚ ਹੋ ਜਾਏਗਾ ਤੁਹਾਡੇ ਸਕੂਲ ਦਾ ਨਾਮ ਆ ਜਾਏਗਾ ਇੱਥੇ ਉਸ ਤੋਂ ਬਾਅਦ ਜਿਹੜੀ ਡਿਟੇਲ ਤੁਸੀਂ ਭਰਣੀ ਹੈ ਇੱਥੇ ਆਪਣੇ ਆਪਣਾ ਆਈਐਫਐਸਸੀ ਕੋਡ ਜਿੱਥੇ ਤੁਹਾਡਾ ਬੈਂਕ ਅਕਾਊਂਟ ਹੈਗਾ ਠੀਕ ਹੈ ਜਦੋਂ ਤੁਸੀਂ ਆਈ ਐਫ ਐਸ ਸੀ ਕੋਡ ਭਰੋਗੇ ਬੈਂਕ ਬ੍ਰਾਂਚ ਆਪਣੇ ਆਪ ਚੱਕ ਲਏਗਾ ਮੈਂ ਤੁਹਾਨੂੰ ਭਰ ਕੇ ਦਿਖਾਣਾ ਇੱਥੇ ਬੈਂਕ ਦਾ ਕੋਡ ਭਰੋ ਜਿਹੜਾ ਆਈ ਐਫ ਐਸ ਸੀ ਕੋਡ ਹੈਗਾ ਉਹ ਭਰੋ ਇਹ ਭਰ ਕੇ ਤੁਸੀਂ ਕਿਤੇ ਵੀ ਕਲਿੱਕ ਕਰ ਦਿਓ ਤਾਂ ਇਹ ਆਪਣੇ ਆਪ ਚੱਕ ਲੂਗਾ ਬ੍ਰਾਂਚ ਚੱਕ ਲਏ ਨੇ ਠੀਕ ਹੈ ਹੁਣ ਅਕਾਊਂਟ ਹੋਲਡਰ ਸੈਲਫ ਮਦਰ ਫਾਦਰ ਜਿਹਦਾ ਵੀ ਹੈਗਾ ਉਹ ਤੁਸੀਂ ਇੱਥੇ ਭਰ ਸਕਦੇ ਹੋ ਜੇ ਸੈਲਫ ਦਾ ਹੈ ਤਾਂ ਸੈਲਫ ਦਾ ਭਰ ਦਿਓ ਠੀਕ ਹੈ ਅਕਾਊਂਟ ਨੰਬਰ ਭਰੋ ਹੁਣ ਇੱਥੇ ਤੁਸੀਂ ਅਕਾਊਂਟ ਨੰਬਰ ਭਰਨਾ ਉਸ ਤੋਂ ਬਾਅਦ ਲੋਕੇਸ਼ਨ ਫਾਰ ਰਿਟਨ ਟੈਸਟ ਇੱਥੇ ਤੁਸੀਂ ਜਿਹੜੇ ਵੀ ਡਿਸਟ੍ਰਿਕਟ ਦੇ ਵਿੱਚ ਪੇਪਰ ਦੇਣਾ ਹੈ ਉਹ ਡਿਸਟ੍ਰਿਕਟ ਸਿਲੈਕਟ ਕਰਨਾ ਹੈ ਜਿਵੇਂ ਪਟਿਆਲਾ ਕਾਉਂਸਲਿੰਗ ਲਈ ਵੀ ਜਿਹੜਾ ਤੁਸੀਂ ਜ਼ਿਲ੍ਹਾ ਚਾਹੀਦਾ ਹੈ ਜਿਵੇਂ ਇੱਥੇ ਮੈਂ ਪਟਿਆਲਾ ਸਿਲੈਕਟ ਕਰਤਾ ਇੱਥੇ ਆਈਡੀ ਭਰਨੀ ਹੈ ਜਿਹੜੀ ਤੁਹਾਡੀ ਆਈਡੀ ਹੈਗੀ ਹੈ ਈਮੇਲ ਆਈਡੀ ਉਸ ਤੋਂ ਬਾਅਦ ਜਿਹੜੀ ਤੁਹਾਡੀ ਕੈਟਾਗਰੀ ਹੈਗੀ ਹੈ ਜਨਰਲ ਐਸਸੀ ਐਸਟੀ ਓਬੀਸੀ ਜੋ ਵੀ ਹੈਗੀ ਹੈ ਫਿਜ਼ੀਕਲੀ ਡਿਸੇਬਲਡ ਜੇ ਹੈਗੇ ਆ ਇੱਥੇ ਉਹ ਸਿਲੈਕਟ ਕਰਨਾ ਜਿਹੜੇ ਆਪਸ਼ਨ ਮਤਲਬ ਤੁਸੀਂ ਐਲੀਜੀਬਲ ਹੋ ਜਿਹੜੇ ਦੇ ਲਈ ਜੇ ਨਹੀਂ ਹੈਗੇ ਤਾਂ ਨਨ ਤੇ ਕਲਿੱਕ ਕਰਨਾ ਇਸੇ ਤਰ੍ਹਾਂ ਇਹ ਹੈ ਸੂਟੇਬਲ ਆ ਉਹ ਪਰਣਾ ਜੇ ਨਹੀਂ ਤਾਂ ਨਨ ਉਸ ਤੋਂ ਬਾਅਦ ਆਰ ਯੂ ਸਮਾਰਟ ਕਾਰਡ ਹੋਲਡਰ ਜੇ ਯੈਸ ਆ ਤਾਂ ਯੈਸ ਨਹੀਂ ਨੋ ਐਡਮਿਸ਼ਨ ਇਨ ਵਿੱਚ ਕਲਾਸ ਇੱਥੇ ਕਲਾਸ ਸਿਲੈਕਟ ਕਰਨੀ ਹੈ ਜਿਹੜੀ ਕਲਾਸ ਦੇ ਲਈ ਤੁਸੀਂ ਅਪਲਾਈ ਕਰਨੇ ਹੈ 11ਵੀਂ 12ਵੀਂ ਜਿਵੇਂ 11ਵੀਂ ਬਸ 10ਵੀਂ ਕਲਾਸ ਦਾ ਬੱਚਾ ਇੱਥਾਂ ਇਹ 11ਵੀਂ ਦੇ ਲਈ ਉਸ ਤੋਂ ਬਾਅਦ ਹੈ ਇੱਥੇ ਤੁਸੀਂ ਫੋਟੋ ਸਿਲੈਕਟ ਕਰਨੀ ਹੈ ਇੱਥੇ ਆਪਣੇ ਸਾਈਨ ਫੋਟੋ 40kb ਤੋਂ ਘੱਟ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਸਾਈਨ ਇਹ ਪਹਿਲਾਂ ਤੁਸੀਂ ਸਾਈਜ਼ ਬਣਾ ਕੇ ਰੱਖ ਲਿਓ ਫੋਟੋ ਖਿੱਚ ਕੇ ਤਾਂ ਉਹਦਾ ਸਾਈਜ਼ ਛੋਟਾ ਕਰਕੇ ਉਹ ਸਾਈਜ਼ ਛੋਟਾ ਕਰਨ ਤੋਂ ਬਾਅਦ ਤੁਸੀਂ ਇੱਥੇ ਪਹਿਲਾਂ ਆਪਣੀ ਫੋਟੋ ਸਿਲੈਕਟ ਕਰੋਗੇ ਫਿਰ ਸਾਈਨ ਸਿਲੈਕਟ ਕਰੋਗੇ ਫਿਰ ਇਹਨੂੰ ਸਿਲੈਕਟ ਕਰਕੇ 셀ਫ ਡਿਕਲੇਰੇਸ਼ਨ ਨੂੰ ਟਿਕ ਕਰਕੇ ਇੱਥੇ ਸਬਮਿਟ ਕਰ ਦੇਣਾ ਮੈਂ ਦਿਖਾਣਾ ਤੁਹਾਨੂੰ ਪਹਿਲਾਂ ਫੋਟੋ ਅਪਲੋਡ ਕਰੋ ਅਪਲੋਡ ਫੋਟੋ ਚੂਜ਼ ਜਿਹੜੀ ਲੋਕੇਸ਼ਨ ਤੇ ਤੁਸੀਂ ਫੋਟੋ ਰੱਖੀ ਹੋਈ ਹੈ ਜਿਵੇਂ ਮੈਂ ਡੈਸਕਟਾਪ ਤੇ ਰੱਖੀ ਹੋਈ ਹੈ ਇਸੇ ਤਰ੍ਹਾਂ ਇੱਥੇ ਸਾਈਨ ਸਾਈਜ਼ ਬਣਾ ਕੇ ਰੱਖ ਲੈਣਾ ਇਹਨਾਂ ਦਾ ਫਿਰ ਇਥੇ ਟਿਕ ਕਰ ਦੇਣਾ ਇਥੇ ਸਬਮਿਟ ਅਪਲੀਕੇਸ਼ਨ ਆਰ ਯੂ ਸ਼ੋਰ ਟੂ ਵਾਂਟ ਟੂ ਸਬਮਿਟ ਅਪਲੀਕੇਸ਼ਨ ਓਕੇ ਹੁਣ ਇਹ ਕੀ ਕਹਿ ਰਿਹਾ ਫੋਟੋ ਸ਼ੁੱਡ ਬੀ ਲੈਸਰ ਥੈਨ 40kb ਫੋਟੋ ਦਾ ਸਾਈਜ਼ ਵੱਡਾ ਹੈ ਤਾਂ ਇਹ ਆਪਾਂ ਨੂੰ ਸਾਈਜ਼ ਛੋਟਾ ਕਰਨਾ ਪਵੇਗਾ ਸਾਈਜ਼ ਛੋਟਾ ਕਰਦੇ ਆ ਇਹਦਾ ਹੁਣ ਇਸ ਫੋਟੋ ਦਾ ਸਾਈਜ਼ ਜਿਹੜਾ ਹੈ 85.5 KB ਹੈ ਇਹਦਾ ਆਪਾਂ ਸਾਈਜ਼ ਛੋਟਾ ਕਰਨਾ ਹੈ 40 KB ਤੋਂ ਆਪਾਂ ਨੂੰ ਘੱਟ ਚਾਹੀਦਾ ਤਾਂ ਉਹਦਾ ਤਰੀਕਾ ਕੀ ਹੈ ਤਾਂ ਸਾਈਜ਼ ਘਟਾਉਣ ਦਾ ਤਰੀਕਾ ਹੈ ਰੀਸਾਈਜ਼ ਤੇ ਜਾਓ ਇੱਥੇ ਪਿਕਸਲ ਤੇ ਜਾਓ ਹੁਣ ਇਹਦਾ ਸਾਈਜ਼ ਹੈ 85.5 KB ਇਹਨੂੰ ਇੱਥੇ ਹਾਫ ਕਰੋਗੇ ਤਾਂ ਇਹ 40 KB ਕਰੀਬ ਰਹਿ ਜਾਏਗਾ ਤਾ ਇਹਨੂੰ ਮੈਂ ਕਰ ਦਿੰਨਾ 350 ਵਰਟੀਕਲੀ ਆਪਣੇ ਆਪ ਚੱਕ ਲੂਗਾ ਓਕੇ ਇਹਨੂੰ ਸੇਵ ਕਰਾਂਗੇ 44.3 KB ਰਹਿ ਗਿਆ ਅਜੇ ਵੀ ਜ਼ਿਆਦਾ ਹੈ ਦੁਬਾਰਾ ਕਰੋ ਇਹਨੂੰ ਰੀਸਾਈਜ਼ ਪਿਕਸਲ ਇਹਨੂੰ ਕਰ ਦਿੰਨੇ ਆ 300 ਓਕੇ ਸੇਵ ਕਰੋ ਹੁਣ ਫੋਟੋ ਦਾ ਸਾਈਜ਼ 35.6kb ਹੋ ਗਿਆ ਇਸੇ ਤਰ੍ਹਾਂ ਜਿਹੜੇ ਆਪਾਂ ਸਾਈਨ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਛੋਟਾ ਕਰ ਲੈਣਾ ਜੇ ਸਾਈਜ਼ ਉਹਦਾ ਵੱਡਾ ਹੈਗਾ ਹੁਣ ਜਦੋਂ ਤੁਸੀਂ ਮੇਕ ਪੇਮੈਂਟ ਤੇ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਵਿੰਡੋ ਆ ਜਾਏਗੀ 4250 ਰੁਪੀਏ ਜਿਹੜੇ ਹੈਗੇ ਨੇ ਉਹ ਤੁਸੀਂ ਪੇ ਕਰਨੇ ਨੇ ਹੁਣ ਪੇਮੈਂਟ ਦੇ ਜਿਹੜੇ ਆਪਸ਼ਨ ਹੈਗੇ ਨੇ ਪਹਿਲਾਂ ਤਾਂ ਇੱਥੇ ਟਰਮਸ ਐਂਡ ਕੰਡੀਸ਼ਨ ਨੂੰ ਟਿਕ ਕਰ ਦੇਣਾ ਉਸ ਤੋਂ ਬਾਅਦ ਇੰਟਰਨੈਟ ਬੈਂਕਿੰਗ ਦਾ ਹੈ ਕੈਸ਼ ਦਾ ਹੈ NEFT ਕ੍ਰੈਡਿਟ ਕਾਰਡ ਚੈੱਕ ਇਹ ਤਰੀਕੇ ਨੇ ਹੁਣ ਪੇਮੈਂਟ ਖਤਮ ਹੋਣ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਆ ਜਾਏਗਾ ਆ ਡਿਟੇਲ ਇੱਥੇ ਮੈਂ ਥੋੜੀ ਹਾਈਡ ਕਰੀ ਹੈ ਇੱਥੇ ਤੁਸੀਂ ਕਲਿੱਕ ਕਰੋਗੇ ਆ ਪ੍ਰਿੰਟਰ ਦਾ ਨਿਸ਼ਾਨ ਹੈ ਤਾਂ ਇੱਥੋਂ ਕਲਿੱਕ ਕਰਕੇ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਉਹਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ ਸੋ ਏਸੀ ਤਰੀਕਾ ਜੀ ਮੈਰੀਟੋਰੀਅਸ ਸਕੂਲ ਦੇ ਲਈ ਅਪਲਾਈ ਕਰਨ ਦਾ ਐਡਮਿਸ਼ਨ ਲੈਣ ਦੇ ਲਈ ਤਾਂ ਇਸ ਵੀਡੀਓ ਨੂੰ ਤੁਸੀਂ ਜੇ ਪੂਰੀ ਨੂੰ ਦੇਖ ਲੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਰਹੇਗੀ ਕਿ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਥੈਂਕ ਯੂ ਵੈਰੀ ਮੱਚ